ਸ਼ਾਸਤਰ ਸਾਡੇ ਅੰਗ ਵਾ, ਅਸੀਂ ਇਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ। ਜਦੋਂ ਅਜਿਹੀਆਂ ਟ੍ਰੇਨਿੰਗਾਂ ਹੋਣਗੀਆਂ ਤਾਂ ਸਰਕਾਰਾਂ ਨਹੀਂ ਇਹਦੇ ਉੱਤੇ ਸਵਾਲ ਚੁੱਕਣ। ਸਿੱਖ ਹਰ ਰੋਜ਼ ਹੀ ਰਾਜ ਕਰੇ ਦਾ ਖਾਲਸੇ ਦਾ ਨਾਰਾ ਜਿਹੜਾ ਪੜ੍ਹਦੇ ਆ, ਜਿਹਨਾਂ ਸੰਘਾਂ ਕਰਕੇ ਮੋਰਚਾ ਲੱਗਿਆ, ਇਹ ਪਹਿਲਾਂ ਹੀ ਦੇਸ਼ ਤੋਂ ਵੱਖਰੇ ਚੱਲਦੇ ਨੇ ਵੀ ਇਹ ਦੇਸ਼ ਦੇ, ਜੇ ਇਹਨਾਂ ਨੂੰ ਬਾਹਰ ਛੱਡਦੇ ਹਾਂ ਤਾਂ ਇਹ ਦੇਸ਼ ਦੇ ਖਿਲਾਫ਼ ਕੋਈ ਵੱਡੀ ਜਥੇਬੰਦੀ ਇਕੱਠੀ ਕਰ ਸਕਦੇ ਨੇ ਜਾਂ ਕੋਈ ਵੱਡੀ ਇਕੱਤਰਤਾ ਕਰ ਸਕਦੇ ਨੇ, ਭਾਵ ਕਿ ਖਾਲਿਸਤਾਨ ਦੀ ਮੰਗ ਕਰਦੇ। ਜਵਾਨਾਂ ਨੂੰ ਜਿਹੜਾ ਸ਼ਾਸਤਰਾਂ ਦੇ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕੀਤਾ। ਕੌਮੀ ਇਨਸਾਫ ਮੋਰਚੇ ਦੇ ਵਿੱਚ ਮੌਜੂਦ ਆ। ਇਸ ਮੋਰਚੇ ਦੇ ਵਿੱਚ ਹਰ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਹਰ ਤਰ੍ਹਾਂ ਦੀ ਵਿੱਦਿਆ ਜਿਹੜੀ ਉਹ ਦਿੱਤੀ ਜਾ ਰਹੀ ਹੈ। ਧਰਨੇ ਮੋਰਚਿਆਂ ਦੇ ਵਿੱਚ ਬੈਠੇ ਅਕਸਰ ਨੌਜਵਾਨ ਬਹੁਤ ਕੁਝ ਸਿੱਖ ਜਾਂਦੇ ਨੇ ਅਤੇ ਇੱਥੇ ਸਿਖਲਾਈਆਂ ਵੀ ਦਿੱਤੀਆਂ ਜਾਣੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਕੌਮੀ ਇਨਸਾਫ ਮੋਰਚੇ ਦੇ ਵਿੱਚ ਗੱਤਕੇ ਦੀ ਅਤੇ ਤੀਰ ਅੰਦਾਜ਼ੀ ਦੀ ਜਿਹੜੀ ਹੈ ਗੁਰ ਸਿਖਾਉਣ ਦੇ ਲਈ ਹੁਣ ਕਲਾਸਾਂ ਦੀ ਸ਼ੁਰੂਆਤ ਹੋਈ ਹੈ, ਇੱਕ ਸੇਵਾ ਨਿਭਾਈ ਜਾ ਰਹੀ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਹੁਸ਼ਿਆਰਪੁਰ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਇਆ ਜੀ। ਇਹ ਕਿੱਦਾਂ ਸੋਚਿਆ ਕਿ ਇੱਥੇ ਨੌਜਵਾਨਾਂ ਨੂੰ ਜਿਹੜੀ ਤੀਰ ਚਲਾਉਣ ਦੀ ਜਿਹੜੀ ਉਹ ਟ੍ਰੇਨਿੰਗ ਦਿੱਤੀ ਜਾਵੇ? ਸਾਡੇ ਜਿਹੜੇ ਨੌਜਵਾਨ ਆ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਗਲਤਾਨ ਹੋ ਰਹੇ ਆ, ਇੱਥੇ ਵੀ ਆਉਂਦੇ ਆ ਲੰਗਰ ਦੀ ਵੀ ਸੇਵਾ ਕਰਨੇ ਤੋਂ ਬਾਅਦ ਜਦੋਂ ਆਰਾਮ ਕਰਦੇ ਆ, ਤਾਂ ਮੈਂ 2-3 ਦਿਨ ਘੁੰਮ ਕੇ ਦੇਖਿਆ ਕਿ ਹੌਲੀ ਹੌਲੀ ਉਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਜਾਵੇ। ਫਿਰ ਮੇਰੇ ਕੋਲ ਆਪਣੇ ਸ਼ਾਸਤਰ ਪਏ ਸੀਗੇ ਅਤੇ ਮੇਰਾ ਗੁਰਦੁਆਰਾ ਟਿੱਬਾ ਸਾਹਿਬ ਦੇ ਵਿੱਚ ਅਖਾੜਾ ਵੀ ਹੈਗਾ ਆ, ਅਤੇ ਅਸੀਂ ਇੱਥੇ ਵੀ ਆਪਣੇ ਸ਼ਾਸਤਰ ਵਾਸਤਰ ਲਿਆ ਕੇ ਨੌਜਵਾਨਾਂ ਨੂੰ ਜਿਹੜਾ ਸ਼ਾਸਤਰਾਂ ਦੇ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕੀਤਾ। ਸਰਕਾਰਾਂ ਪਹਿਲਾਂ ਹੀ ਕਹਿੰਦੀਆਂ ਨੇ ਕਿ ਇਹ ਜਿਹੜੇ ਮੋਰਚਾ ਲੱਗਿਆ ਜਾਂ ਜਿਹਨਾਂ ਸੰਘਾਂ ਕਰਕੇ ਮੋਰਚਾ ਲੱਗਿਆ, ਇਹ ਪਹਿਲਾਂ ਹੀ ਦੇਸ਼ ਤੋਂ ਵੱਖਰੇ ਚੱਲਦੇ ਨੇ ਵੀ ਇਹ ਦੇਸ਼ ਦੇ, ਜੇ ਇਹਨਾਂ ਨੂੰ ਬਾਹਰ ਛੱਡਦੇ ਹਾਂ ਤਾਂ ਇਹ ਦੇਸ਼ ਦੇ ਖਿਲਾਫ਼ ਕੋਈ ਵੱਡੀ ਜਥੇਬੰਦੀ ਇਕੱਠੀ ਕਰ ਸਕਦੇ ਨੇ ਜਾਂ ਕੋਈ ਵੱਡੀ ਇਕੱਤਰਤਾ ਕਰ ਸਕਦੇ ਨੇ, ਭਾਵ ਕਿ ਖਾਲਿਸਤਾਨ ਦੀ ਮੰਗ ਕਰਦੇ ਨੇ। ਜਦੋਂ ਅਜਿਹੀਆਂ ਟ੍ਰੇਨਿੰਗਾਂ ਹੋਣਗੀਆਂ ਤਾਂ ਸਰਕਾਰਾਂ ਨਹੀਂ ਇਹਦੇ ਉੱਤੇ ਸਵਾਲ ਚੁੱਕਣਗੀਆਂ? ਇਹਦੇ ਵਿੱਚ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਨੂੰ ਬਖਸ਼ਿਸ਼ ਕੀਤੀ ਖੇਡ ਵਾ, ਜਿਹੜੇ ਸਿੱਖ ਵਾ ਜਾਂ ਖਾਲਸੇ ਆ ਉਹ ਸ਼ੁਰੂ ਤੋਂ ਹੀ ਇਹਨੂੰ ਖੇਡਦੇ ਆਏ ਆ। ਤੀਰ ਅੰਦਾਜ਼ੀ, ਬੰਦੂਕ, ਘੋੜ ਸਵਾਰੀ, ਬਰਸ਼ਾ, ਗੱਤਕਾ ਇਹ ਸ਼ੁਰੂ ਤੋਂ ਚੱਲਦਾ ਆ। ਸਰਕਾਰਾਂ ਨੂੰ ਇੱਥੇ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ। ਸਿੱਖ ਹਰ ਰੋਜ਼ ਹੀ ਰਾਜ ਕਰੇ ਦਾ ਖਾਲਸੇ ਦਾ ਨਾਰਾ ਜਿਹੜਾ ਪੜ੍ਹਦੇ ਆ, ਇਹਦੇ ਵਿੱਚ ਇਹ ਸਰਕਾਰਾਂ ਨੂੰ ਡਰਨਾ ਨਹੀਂ ਚਾਹੀਦਾ ਕਿਸੇ ਵੀ ਪ੍ਰਕਾਰ ਦਾ। ਸਿੱਖ ਹਮੇਸ਼ਾ ਹੀ ਅੱਗੇ ਹੋ ਕੇ ਲੜਦੇ ਆਏ ਆ। ਜੇ ਅਸੀਂ ਆਪਣੇ ਸ਼ਾਸਤਰਾਂ ਨੂੰ ਛੱਡ ਦੇਵਾਂਗੇ ਤਾਂ ਫਿਰ ਅਸੀਂ ਅੰਗਹੀਣ ਹੋ ਜਾਵਾਂਗੇ। ਸ਼ਾਸਤਰ ਸਾਡੇ ਅੰਗ ਵਾ, ਅਸੀਂ ਇਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ। ਸੋ ਹੁਣ ਜਿਹੜੀ ਇੱਥੇ ਇਹ ਤਿਆਰੀ ਹੋ ਰਹੀ ਹੈ, ਇਹ ਤਿਆਰੀ ਲਗਾਤਾਰ ਉਦੋਂ ਤੱਕ ਕਰਵਾਉਂਗੇ ਜਦੋਂ ਤੱਕ ਇਹ ਮੋਰਚਾ ਲੱਗੂਗਾ? ਜਦੋਂ ਤੱਕ ਇਹ ਮੋਰਚਾ ਚੱਲਦਾ ਰਹੂਗਾ ਅਸੀਂ ਬੱਚਿਆਂ ਨੂੰ ਜਿਹੜਾ ਸ਼ਾਸਤਰ ਅਤੇ ਗੁਰਬਾਣੀ ਦੇ ਨਾਲ ਜੋੜਦੇ ਰਹਾਂਗੇ। ਜਿਹੜੀ ਸੇਵਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਈ ਆ, ਅਸੀਂ ਉਹਨੂੰ ਨਿਰੰਤਰਨ ਜਿਹੜੀ ਜਾਰੀ ਰੱਖਾਂਗੇ। ਹੁਣ ਜਿਹੜਾ ਕਦੋਂ ਕਿੰਨੇ ਕੁ ਸਿੰਘ ਜਾਂ ਕਿੰਨੇ ਕੁ ਨੌਜਵਾਨ ਜਾਂ ਬੱਚੇ ਤੁਹਾਡੇ ਕੋਲ ਆ ਚੁੱਕੇ ਨੇ ਜਿਨ੍ਹਾਂ ਨੇ ਇਸ ਨੂੰ ਸਿੱਖਣ ਦੇ ਵਿੱਚ ਜਿਹੜੀ ਆ ਰੁਚੀ ਦਿਖਾਈ ਹੈ? ਕਿਉਂਕਿ ਕਿਹਾ ਜਾਂਦਾ ਕਿ ਨੌਜਵਾਨ ਇਸ ਚੀਜ਼ ਤੋਂ ਬਹੁਤ ਦੂਰ ਹੋ ਚੁੱਕੇ ਨੇ। ਅੱਜ ਇਸ ਦਿਨ ਅੱਜ ਪਹਿਲਾ ਦਿਨ ਵਾ, ਆ 40 ਦੇ ਕਰੀਬ ਜਿਹੜੇ ਨੌਜਵਾਨ ਲਗਾਤਾਰ ਜਿਹੜੇ ਆ ਤੀਰ ਅੰਦਾਜ਼ੀ ਦੀ ਪ੍ਰੈਕਟਿਸ ਕਰ ਰਹੇ ਆ। ਇਸ ਤੋਂ ਬਾਅਦ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਕਲਾਸਾਂ ਲਾਈਆਂ ਜਾਣਗੀਆਂ। ਜਿੱਦਾਂ ਜਿੱਦਾਂ ਨੌਜਵਾਨ ਨਾਲ ਆਈ ਜਾਣਗੇ, ਜੁੜੀ ਜਾਣਗੇ, ਅਸੀਂ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਨਾਲ ਉਹਨਾਂ ਨੂੰ ਜੋੜੀ ਜਾਵਾਂਗੇ। ਸੋ
ਇਹ ਦੇਖਿਆ ਕਿ ਕੌਮੀ ਇਨਸਾਫ ਮੋਰਚੇ ਦੀਆਂ ਤਸਵੀਰਾਂ ਨੇ। ਇਸ ਮੋਰਚੇ ਦੇ ਵਿੱਚ ਤੀਰ ਅੰਦਾਜ਼ੀ ਜਿਹੜੀ ਆ ਉਹ ਵਿਖਾਈ ਜਾ ਰਹੀ ਆ ਕਿ ਕਿਸ ਤਰ੍ਹਾਂ ਦੇ ਨਾਲ ਖਾਲਸਾ ਤਿਆਰ ਬਰ ਤਿਆਰ ਹੋ ਰਿਹਾ। ਸੋ ਇੱਥੋਂ ਖਾਲਸੇ ਦੀ ਚੜ੍ਹਦੀ ਕਲਾ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਖਾਲਸਾ ਸ਼ਸਤਰ ਅਤੇ ਬਸਤਰ ਦੋਹਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦਾ। ਸੋ ਬਸਤਰ ਬਾਣਾ ਜਿਹੜਾ ਇੱਥੇ ਹਰ ਇੱਕ ਦੇ ਪਾਇਆ ਨਜ਼ਰ ਆਉਂਦਾ ਹੈ ਅਤੇ ਸ਼ਸਤਰਬਾਜ਼ੀ ਜਿਹੜੀ ਆ ਉਹ ਸਿਖਾਈ ਜਾ ਰਹੀ ਹੈ। ਸੋ ਇਹ ਤਸਵੀਰਾਂ ਜਿਹੜੀਆਂ ਇਸ ਕੌਮੀ ਇਨਸਾਫ ਮੋਰਚੇ ਦੀਆਂ ਨੇ। ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ, ਕੌਮੀ ਇਨਸਾਫ ਮੋਰਚਾ।